ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕਠਿਆਲਾ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਉੱਤਮ ਭਾਅ ਜੀ ਹੋਣਾਂ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਤੁਹਾਨੂੰ ਆ ਗੱਬਨ ਮੱਝ ਦਿਖਾਉਣੀ ਆ, ਇੱਕ ਆ ਸੂਈ ਮੱਝ ਦਿਖਾਉਣੀ ਹੈ ਮਗਰ ਇਹਦੇ ਕੱਟੀ ਆ, ਅਤੇ ਇੱਕ ਤੁਹਾਨੂੰ ਆ ਗੱਬਨ ਜਰਸੀ ਤੁਹਾਨੂੰ ਦਿਖਾਉਣੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਨਾਲ ਅਤੇ ਪੁੱਛ ਰਹੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੀ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਵਧੀਆ, ਕਿਰਪਾ ਜੀ ਗੁਰਨਾਮ ਦਾਸ। ਚਲੋ ਵਧੀਆ, ਕਿਰਪਾ ਹੀ ਚਾਹੀਦੀ ਜੀ। ਵਿਕ ਗਿਆ ਫਿਰ ਉਦਣ ਮਾਲ? ਉਹ ਮਾਲ ਤੇ 5-10 ਮਿੰਟ ਹੀ ਲੱਗੇ ਆ ਜੀ। ਠੀਕ ਹੈ ਵੀਰ, ਜਿਹੜਾ ਇਹ ਤਾਂ ਨਾਰਾਜ਼ ਹੁੰਦੇ ਆ, ਟੋਕੜਾ ਕੱਬਣਾ ਹੀ ਨਾ ਮੱਝਾਂ ਦਾ ਬਹੁਤ ਫੋਨ ਆਇਆ ਜਾਂਦਾ। ਠੀਕ ਹੈ, ਹੁਣ ਫੇਰ ਲਿਆਈਏ ਟੋਕੜਾ ਕੱਬਣਾ ਕਿਤੇ ਪਾਈਏ ਅਗਲੇ ਵੀਡੀਓ ਚ। ਹੁਣ ਕੁਛ ਮਿਲਦੀ ਗੱਲ ਆ, ਹੈ ਕਿ ਨਹੀਂ? ਨਵੇਂ ਸਾਲ ਦੇ ਆਫਰ ਲਾ ਦਈਏ, ਨਹੀਂ ਤੇ ਨਵੇਂ ਸਾਲ ਤੇ ਲਾਉਣੇ ਬਣੇ ਆਫਰ, ਕਰਨੇ ਮਾਲ ਇਕੱਠਾ। ਠੀਕ ਹੈ, ਕੀਤਾ ਤਾਂ ਹੁਣ ਵੀ ਇਕੱਠਾ, ਇਹ ਨਾਗ ਆ ਗਏ ਸੀ 10 ਕੇ ਪੀਸ। ਹਾਂਜੀ ਹਾਂਜੀ, ਫਿਰ ਕੱਲ ਤੁਸੀਂ ਨਹੀਂ ਆਏ ਤੇ ਕੋਈ ਕੱਲ ਕੋਈ ਅੱਜ ਵੀ ਅੱਗੇ। ਠੀਕ ਹੈ, ਹੁਣ ਤਿੰਨ ਹੀ ਰਹਿ ਗਈਆਂ ਬਸ, ਤਿੰਨ ਪਸ਼ੂ ਵੀ ਬਸ ਇਸ ਟਾਈਮ। ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਆਪਣਾ ਉੱਤਮ ਸਿੰਘ ਜੀ। ਹਾਂਜੀ, ਸਨ ਆਫ ਗੁਰਦੇਵ ਸਿੰਘ। ਹਾਂਜੀ, ਪਿੰਡ ਕਠਿਆਲਾ, ਤਹਿਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਜੀ। ਠੀਕ ਹੈ ਜੀ। ਨੰਬਰ 98545-76701, ਇੱਕ ਨੰਬਰ 98-95-142-56-054 ਜੀ। ਠੀਕ ਹੈ ਜੀ, ਤੇ ਸ਼ੁਰੂਆਤ ਫਿਰ ਗੱਬਨ ਮਾਈ ਤੋਂ ਕਰ ਲਈਏ ਨਾ, ਤੇ ਫਿਰ ਤੁਹਾਨੂੰ ਸੂਈ ਮਾਈ ਦਿਖਾਵਾਂਗੇ, ਆਹ ਦੇਖ ਸਕਦੇ ਜੀ। ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਦੇਖ ਸਕਦੇ ਜੀ। ਦੱਸ ਦਈਏ ਵੀਰ ਜੀ ਇਹਦੇ ਬਾਰੇ ਆਪਾਂ। ਹਾਂਜੀ ਵੀਰ ਜੀ, ਇਹਦਾ ਦੂਜਾ ਸੂਆ ਦੇ ਆਰ ਕੀ। ਅੱਛਾ, ਜਿਹੜਾ ਮੁੱਲ ਹੈ ਆਪਣਾ, ਮੁੱਲ ਵੀ ਦਾ ਹਿਸਾਬ ਦਾ ਦੁੱਧ ਆ ਨਾ। ਅੱਛਾ, ਦੁੱਧ ਆ ਚਾ ਪਗਾਵਾਂ ਨੂੰ ਕੱਢੇਗੀਏ। ਅੱਛਾ, ਇਹਦਾ ਪਹਿਲੇ ਸੁਵਿਧਾ ਰਿਕਾਰਡ ਜਿਹੜਾ 14 ਲੀਟਰ ਤੋਂ ਪਲੱਸ ਚੱਲੀ ਆ। ਅੱਛਾ, ਤੇ ਆਰ ਕੀ ਨੀਂਦ ਹੈਗੀ ਆ, ਜਦੋਂ 16 ਲੀਟਰ ਭਰੇਗੀ। ਅੱਛਾ, ਕਿਉਂਕਿ ਚੰਗਾ ਥਾਂ ਤੁਹਾਨੂੰ ਵੇਖੋ ਫਿਰ ਉੱਤੇ ਲੱਗਾ ਹੈ, ਕੋਈ ਉਹੋ ਜਿਹੇ ਵੱਡਿਆਂ ਜੀ ਅਜੇ ਟਾਈਮ ਖੜਨਾ ਹੀ ਨਹੀਂ, ਟਾਈਮ ਕੋਈ ਹਫਤਾ 10 ਦਿਨ ਖੜੇਗੀ ਸੂਣ ਕੇ। ਠੀਕ ਹੈ ਜੀ, ਦੇਖੋ ਗਿੱਟ ਗਿੱਟ ਤੇ ਥਾਂ ਲੱਗਾ ਹੈ, ਦੇਖ ਸਕਦੇ ਜੀ। ਲੈ ਖੋਲੋ ਹਾਂ ਫਿਰ ਤੋਰ ਦਈਏ। ਬਾਕੀ ਪਿੱਠ ਫੋੜੇ ਤੋਂ ਵੀ ਚੰਗੀ ਚੜਾਈ ਜੇ, ਜਿਹੜੀ ਚੰਗੀ ਸਾਂਭੀ ਸੁੰਭੀ ਹੈ ਜਿਹੜੀ। ਅਜੇ ਮੈਂ ਬਣੇਗੀ ਥੱਲੇ ਉਹ, ਅਜੇ ਆਈ ਵੀ ਹੁਣੇ ਹੀ, ਅਜੇ ਹੁਣੇ ਹੀ ਨਵਾਈ ਆ ਮਾਲ, ਇਸ ਤਰ੍ਹਾਂ ਹੀ ਆਈ ਚਲਾਈ ਜਿਹੜਾ ਫਿਰ ਹੁੰਦਾ ਹੀ ਰਹਿੰਦਾ ਵਾ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ? ਵੀਰ ਜੀ ਵੇਖੋ, ਜਿੱਦਾਂ ਵੀ ਮੈਂ ਆ ਥਾਣ ਕੋਲ ਵਾਲੀ ਦੁੱਧ ਵਾਲੀ ਆ, ਹਾਂਜੀ ਮੈਂ ਹੱਕ ਤੇ ਰੱਖਦੀ ਆ ਵੀ ਲੱਖੋਂ ਬਾਹਰ ਵਿਕਣ ਦਾ। ਹਾਂਜੀ, ਪਰ ਨਹੀਂ ਆਪਾਂ ਜੇ ਡੰਗਰ ਭਾਅ ਨਾ ਮਿਲਿਆ ਤੇ ਭਾਅ ਨਾ ਜਾਣ ਦੇਣਾ। ਹਾਂਜੀ ਹਾਂਜੀ, ਤੇ ਮੁੱਲ ਕਰਾਉਣ ਨੂੰ ਭਾਵੇਂ ਲੱਖ ਕਰਾ ਲਓ, 1.25 ਲੱਖ ਕਰਾ ਲਓ। ਠੀਕ ਆ, 82,000 ਰੁਪਏ ਦੇ ਦਾਂਗੇ। 82,000 ਦੀ? ਹਾਂਜੀ ਹਾਂਜੀ, ਵਿੱਚੋਂ ਕਿੰਨਾ ਮਨ ਕਰ ਦੋਗੇ? 1,000 ਹੋਰ ਛੱਡ ਦਾਂਗੇ। ਚਲੋ 1,000 ਹੋਰ ਛੱਡ ਦੇ ਫਿਰ, ਪੂਰੇ 80 ਦੀ 80,000 ਰੁਪਏ ਦੇ ਪੂਰੇ ਦੇ ਦਾਂਗੇ। ਠੀਕ ਹੈ ਜੀ, ਬਾਕੀ ਇਧਰੋਂ ਵੀ ਦੇਖ ਸਕਦੇ ਸਾਨੂੰ ਦੂਸਰੇ ਪਾਸੇ ਵੀ, ਇੱਕ ਵਿੱਚ ਸ਼ਾਂਗ ਜੀ ਲੱਗੀ ਹੈ, ਵੱਖਰੀ ਆ ਜਿਹੜੀ, ਇਹ ਵੱਖਰੀ ਆ ਜਿਹੜੀ, ਅਕਸਰ ਇਹ ਕਈ ਵਾਰੀ ਹੋ ਜਾਂਦੀ ਹੈ। 80,000 ਦੀ ਜਿਹੜੀ ਹੈ ਦੇ ਦੋਗੇ? ਹਾਂਜੀ, ਬਾਕੀ ਚਲੋ ਮਨ ਤਾਂ ਮੁੱਕ ਗਿਆ, ਫੋਨ ਲਾਏ ਕੋਈ। ਠੀਕ ਹੈ, ਜਿੰਨਾ ਵੀ ਹੋ ਸਕੇ ਮਨ ਤਾਂ ਕਰਾਂਗੇ। ਹੁਣ ਇੱਕ ਹੋਰ ਆ ਝੋਟੀ ਤੁਹਾਨੂੰ ਦਿਖਾਉਣੀ ਆ, ਇਹ ਥੱਲੇ ਹਵਾਨਾ ਦੇਖ ਸਕਦੇ ਇਹਦਾ ਵੀ, ਬਾਕੀ ਚਿਹਰੇ ਦੀ ਇਹ ਵੀ ਖੂਬਸੂਰਤ ਆ, ਆਹ ਦੇਖ ਸਕਦੇ ਜੀ, ਛੋਟਾ ਸਿੰਘ ਆ। ਸਾਨੂੰ ਵੀ ਬਹੁਤ ਪਿਆਰਾ ਲੱਗਾ, ਸਾਨੂੰ ਟਿੱਡ ਦੀ ਬਹੁਤ ਸਾਫ਼ ਹੈ। ਦੱਸੀਏ ਵੀਰ ਜੀ ਇਹਦੇ ਬਾਰੇ। ਹਾਂਜੀ ਵੀਰ ਜੀ, ਥੱਲੇ 6-7 ਕਿਲੋ ਦੁੱਧ ਜੇ। ਅੱਛਾ, ਝੋਟੀ ਬਹੁਤ ਸਾਫ਼ ਜੇ, ਇਹਨੂੰ ਸੂਈ ਨੂੰ ਪਰ ਕੋਈ 2-3 ਮਹੀਨੇ ਦੇ ਲੱਗੇ ਹੋਏ ਆ, ਜਵਾਕ ਦੇ ਮਗਰ ਕੱਟਾ ਜੇ। ਅੱਛਾ, ਇਹਦੇ ਮਗਰ ਕੱਟਾ ਆ? ਹਾਂਜੀ, ਆਹ ਕੱਟਾ ਜਿਹੜਾ ਇਹਦਾ, ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਜੀ? ਦੋਵੇਂ ਟਾਈਮ ਕੱਟੇ ਨਾਲ ਮਿਲਦੀ ਜੇ ਵੀ ਜੀ। ਠੀਕ ਆ, ਪੱਕਾ ਦੁੱਧ ਕਿੰਨੇ ਦੇ ਕੋ? ਪੱਕਾ ਦੁੱਧ 6-7 ਦੇ ਵਿੱਚ ਜੀ, 6-7 ਲੀਟਰ ਦੁੱਧ ਹੈਗਾ ਵਾ। ਬਾਕੀ ਸੋਹਣੀ ਝੋਟੀ ਆ, ਚਲੋ ਖੋਲ ਲਓ ਤੋਰ ਦਈਏ। ਗਾਂ ਬਣੀ ਜੇ ਕਿ ਨਹੀਂ?
ਸੋਹਣੀ ਝੋਟੀ ਆ ਜਿਹੜੀ, ਬਾਕੀ ਹੁਣ ਸਟਾਲੇ ਸਟੂਲੇ ਤੁਰ ਪਏ ਆ, ਕੱਦ ਕੱਠ ਵੀ ਚੰਗਾ ਵਾ ਇਹਦਾ। ਲੈ ਜੀ ਥੋੜਾ ਡਰਦੀ ਡਰਦੀ ਜੀ ਆ ਸਾਡੇ ਕੋਲ। ਬਾਕੀ ਵੰਡ ਵੁੰਡ ਪਾਇਆ ਵਾ, ਥੋੜਾ ਖਾਣ ਦੀ ਵੀ ਸ਼ੌਕੀਨ ਹੈ ਜ਼ਿਆਦੀ, ਉਸ ਤਰ੍ਹਾਂ ਵੀ ਡਰਦੀ ਆ। ਠੀਕ ਹੈ ਜੀ, ਬਾਕੀ ਚਿਹਰੇ ਤਾਂ ਸੋਹਣੀ ਆ ਜਿਹੜੀ, ਕਰੀਏ ਵਿਧੀ ਇਹਦਾ ਵੀ ਮੁੱਲ ਜਾਇਜ਼ ਹੀ ਆ। ਵੀਰ ਜੀ ਵੇਖੋ ਜੇ ਤਾਜ਼ੀ ਝੋਟੀ ਸਹੀ ਹੁੰਦੀ ਹੈ ਵੀ ਕੋਈ 10 ਦਿਨ ਦੀ ਹਫ਼ਤੇ ਦੀ, ਹਾਂਜੀ ਝੋਟੀ ਦੇ ਵੀ 85-90 ਹਜ਼ਾਰ ਦੀ, ਹਾਂਜੀ ਪਰ ਚਲੋ ਕੋਈ ਮਹੀਨੇ 2-2.5 ਚਵਾ ਗਈ ਆ, ਹਾਂਜੀ ਹਾਂਜੀ, ਇਹ ਕਰਕੇ ਅਸੀਂ ਭਾਅ ਵੱਟੇ ਨਾਲ ਹੀ ਦੇ ਦਾਂਗੇ ਵੀਰ ਜੀ। ਠੀਕ ਆ, ਹਾਂਜੀ 52 ਹਜ਼ਾਰ ਦੀ ਦੇਣਾ, 52 ਹਜ਼ਾਰ ਦੀ, ਹਾਂਜੀ ਹਾਂਜੀ, ਕਰੋ ਹਾਂ ਕਹੋ ਇਹਨੂੰ 50 ਤੋਂ ਥੱਲੇ ਲਿਆਈਏ ਜਾਂ 50 ਹਜ਼ਾਰ ਦੇ ਪੂਰੇ ਛੱਡ ਦਾਂਗੇ ਵੀਰ ਵਿੱਚ ਇੱਕੋ ਗੱਲ ਕਰ ਦਈਏ ਫਿਰ ਪੂਰੀ, ਹਾਂਜੀ ਹਾਂਜੀ, ਪੂਰੇ 48 ਦੀ 2 ਹਜ਼ਾਰ ਛੋਟ ਹੋਰ ਕਰ ਦਿਓ, ਕੋਈ ਨਹੀਂ ਜਾ ਕੇ 48 ਹਜ਼ਾਰ, ਠੀਕ ਹੈ 48 ਹਜ਼ਾਰ ਦੀ ਝੋਟੀ ਦੇ ਦਿਓਗੇ। ਹੁਣ ਇੱਕ ਗੱਬਨ ਜਰਸੀ ਆ ਗਈ ਜੀ, ਗੱਬਨ ਜਰਸੀ ਠੰਡੀ ਧੀਰੀ ਹੋ ਗਈ, ਠੀਕ ਹੈ ਜੀ, ਕੋਈ ਇਧਰ ਲੱਤ ਨਾ ਨਹੀਂ ਜਿੱਧਰ ਮਤੀ ਸੂਆ ਕਿਨਵਾ ਜਿਹਦਾ ਸੂਆ ਦੂਜਾ ਜੀ ਦੂਸਰਾ ਸੂਆ ਆ, ਕਿੰਨਾ ਕੁ ਦੁੱਧ ਚ ਵਾਜੂਗੀ ਹੈ ਦੇਖੋ ਜੀ, ਕਹਿਣ ਨੂੰ ਮੂੰਹ ਨਾਲ 15-20 ਲੀਟਰ ਕਹਿ ਦਈਏ, ਕੋਈ 10-12 ਲੀਟਰ ਚਵਾਈ ਜਾਏਗੀ ਸੇਵਾ ਤੇ, ਠੀਕ ਹੈ ਜੀ। ਬਾਕੀ ਮੌਸਮ ਹੈ ਕਿਉਂ ਤੁਹਾਨੂੰ ਪਤਾ, ਠੰਡ ਦਾ ਹੈਗਾ ਵਧੀਆ ਆ, ਹਾਂਜੀ ਹਾਂਜੀ, ਬਾਕੀ ਵੀਰ ਕੋਈ ਵੰਡ ਵੜਿਆ ਜਿੰਨਾ ਪਾਏਗਾ ਉਹਨਾਂ ਚ ਵਾਲੇਗਾ। ਲਿਆ ਖੋਲੋ ਫਿਰ ਤੋਰ ਦਈਏ, ਟਾਈਮ ਕਿੰਨਾ ਕੁ ਲੈ ਜੇ ਸੋਨ ਚ, ਟਾਈਮ ਵਜੇ ਕੋਈ 10 ਦਿਨ ਖੜਦੀ ਜੇ, ਠੀਕ ਹੈ ਜੀ 10 ਦਿਨ ਲੈ ਜੇ ਸੋਨ ਚ, ਹਾਂਜੀ ਹਾਂਜੀ। ਚਾਰ ਚੂਰੂ ਇਹ ਵੀ ਜਿਹੜੀ ਪੂਰੀ ਹੈ, ਲੈ ਜਾ ਜੀ ਰੁਪਏ, ਠੀਕ ਹੈ ਜੀ। ਅਗਰ ਆਪਣੇ ਪਸ਼ੂ ਬਿਲਕੁਲ ਨਾਰਮਲ ਰੇਟ ਵਾਲੇ ਆ, ਇਹਨੇ ਵੀ ਰੇਟ ਘੱਟ ਆ ਤੇ ਪਸ਼ੂ ਮਾਲੇ, ਪਸ਼ੂ ਬਿਲਕੁਲ ਟੌਪ ਦੇ ਆ, ਭਾਅ ਨਾ ਮਿਲੇ ਤਾਂ ਭਾਅ ਨਹੀਂ ਜਾਣ ਦੇਣੇ, ਠੀਕ ਹੈ ਜੀ। ਹਾਂਜੀ ਕਹੋ ਜਿਹੜੇ ਵੀਰ ਨੇ ਕਿਸੇ ਦੂਰ ਨੇੜੇ ਖੜਨਾ, ਬਾਕੀ ਨਵਾਂ ਸਾਲ ਆਉਂਦਿਆ ਵਾ, ਨਵਾਂ ਸਾਲ ਆਫਰ ਹੀ ਇਸ ਹਿਸਾਬ ਨਾਲ, ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ 2 ਗੱਬਣਾ ਵਾ ਤੇ 1 ਸੂਈ ਆ, ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।